पंजाब न्यूज़ देख रहे सारे ही दर्शकों नूं सति श्री अकाल। मैं परविंदर कौर आप सब का स्वागत करती हाँ। जिस तरह की थानू सब नूं पता है सरकार द्वारा 3 कृषि कानून पारित किए गए आ। इन्हां कानूनों नूं लै के किसानों वालों लगातार विरोध किया जा रहा है और किसानों का कहना हैगा है कि सरकार यह कानून रद्द करे। सो इस संदर्भ दे विच अज अलग अलग जथेबंदियों वालों लोहड़ी मनाई गई है। जिहड़े कानून सरकार ने पारित किए हैगे आ उन्हां कानूनों दीआं कापियां साडे हक इत्थे रख, साडे हक इत्थे रख। मोदी सरकार मुर्दाबाद, मोदी सरकार आरएसएस बीजेपी मुर्दाबाद, मुर्दाबाद साडे हक इत्थे रख, साडे हक इत्थे रख। सर 26 जनवरी नूं लैके तुहाडी सारे तैयारी किदां दी ट्रैक्टर मार्च होणगे किसानां दी गाइडलाइन दिशा निर्देश जो दिलियों होंगे ओदे मुताबिक चलांगे। झंडे भी लवांगे जरूर तिरंगे। ते जे सरकार ने रोकिया तुहानू उत्थे जाण तों ਰੋਕੇ ਦੇਖ ਲਿਆ ਸਰਕਾਰ ਨੇ ਅੱਗੇ ਵੀ ਦੇਖ ਲਓ ਉਸੇ ਕਿੰਨਾ ਉਹਨਾਂ ਨੇ ਆਪਣੇ ਲਾਏ ਸੀਗੇ ਅਸੀਂ ਹੁਣ ਵੀ ਉੱਥੇ ਹੀ ਜਾਵਾਂਗੇ। ਉਹ ਉਹਦੇ ਖਿਲਾਫ ਹੈ ਜਿਹੜਾ ਬੰਦਾ ਰੋਟੀ ਖਾਂਦਾ ਉਹਦੇ ਖਿਲਾਫ ਹੈ ਕਾਨੂੰਨ ਇਹ। ਇਸ ਕਰਕੇ ਇਹ ਇਕੱਲੇ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਨਹੀਂ ਇਹ ਉਪਭੋਗਤਾ ਦਾ ਦੁਕਾਨਦਾਰਾਂ ਦਾ ਆੜ੍ਹਤੀਆਂ ਦਾ ਸਾਰੇ ਹੀ ਜਿਨ੍ਹਾਂ ਨੂੰ ਪੇਟ ਲੱਗਾ ਮੇਰਾ ਕਹਿਣ ਦਾ ਇੱਕੋ ਮਤਲਬ ਭਾਈ ਜਿਹਨੂੰ ਪੇਟ ਲੱਗਾ ਨਾ ਉਹਨੇ ਰੋਟੀ ਖਾਣੀ ਹੈ ਅਤੇ ਇਹ ਉਹਦੇ ਵਾਸਤੇ ਬਿਲਕੁਲ ਗਲਤ ਕਾਨੂੰਨ ਹੈ ਬਿਨਾਂ ਸ਼ਰਤ। ਸੁਪਰੀਮ ਕੋਰਟ ਨੂੰ ਵੀ ਇਹੀ ਚਾਹੀਦਾ ਸੀਗਾ ਵੀ ਜਦੋਂ ਮਸਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਸਰਕਾਰ ਨੂੰ ਇੱਕ ਹੁਕਮ ਦੇ ਕੇ ਇਹ ਕਾਨੂੰਨ ਰੱਦ ਕਰਵਾਉਣੇ ਚਾਹੀਦੇ ਸੀ। ਸਰਕਾਰ ਨੂੰ ਕਹਿਣਾ ਚਾਹੀਦਾ ਸੀ ਵੀ ਕਾਨੂੰਨ ਰੱਦ ਕਰਕੇ ਅਤੇ ਰਿਪੋਰਟ ਕਰ ਛੇਤੀ 2 ਦਿਨ ਦੇ ਵਿੱਚ। ਕੋਈ ਲੰਮਾ ਸਮਾਂ ਨਹੀਂ ਦੇਣਾ ਚਾਹੀਦਾ। ਜਿਹੜੇ 4 ਇਹ ਮੈਂਬਰ ਬਣਾਏ ਆ ਕਮੇਟੀ ਦੇ ਇਹ ਵੀ ਬਿਲਕੁਲ ਜਿਹੜੇ ਆ ਉਹ ਇਹ ਕਾਨੂੰਨਾਂ ਦੇ ਹੱਕ 'ਚ ਹੈ, ਕਿਸਾਨ ਦੇ ਵਿਰੋਧੀ ਹੈ। ਇਹ ਜਿਹੜੇ 4 ਮੈਂਬਰ ਹੈ ਇਹਨਾਂ ਕਦੇ ਵੀ ਕੋਈ ਫੈਸਲਾ ਨਹੀਂ ਦੇਣਾ ਜਿਹੜਾ ਕਿਸਾਨ ਦੇ ਹੱਕ 'ਚ ਹੋਵੇ ਹੈ। ਸੋ ਬਿਨਾਂ ਕਿਸੇ ਦੇਰੀ ਦੇ ਦੋਨੋਂ ਹੱਥ ਜੋੜ ਕੇ ਸਾਰੀ ਹੀ ਭਾਰਤ ਦੀ ਜਿਹੜੀ ਉਹ ਜਨਤਾ ਉਹ ਕਹਿ ਰਹੀ ਹੈ ਵੀ ਇਹ ਵਾਪਸ ਲੈ ਲਓ ਬਿਨਾਂ ਦੇਰੀ ਤੋਂ। ਸਰ ਜਿਹੜੇ ਕਿਸਾਨ ਉੱਥੇ ਸ਼ਹੀਦ ਹੋ ਗਏ ਹੈਗੇ ਆ ਉਹਨਾਂ ਦਾ ਜ਼ਿੰਮੇਦਾਰ ਤੁਸੀਂ ਕਿਹਨੂੰ ਮੰਨਦੇ? ਉਹਦੇ ਮੋਦੀ ਸਰਕਾਰ, ਮੋਦੀ ਸਰਕਾਰ, ਕੇਂਦਰ ਸਰਕਾਰ, ਬਿਲਕੁਲ ਸਪਸ਼ਟ ਤੌਰ ਤੇ ਕੇਂਦਰ ਦੀ ਮੋਦੀ ਸਰਕਾਰ ਉਹਨਾਂ ਕਿਸਾਨਾਂ ਦੀ ਕਾਤਲ ਹੈ, ਕਾਤਲ ਹੈ ਜਿਨ੍ਹਾਂ ਨੇ ਮਜਬੂਰ ਕੀਤਾ ਉਹ ਸ਼ਹੀਦ ਹੋਣ ਵਾਸਤੇ। ਬਾਬਾ ਜੀ ਨੇ ਕਰਨਾਲ ਵਾਲਿਆਂ ਨੇ ਇਹਨਾਂ ਤੋਂ ਦੁਖੀ ਹੋ ਕੇ ਕਾਨੂੰਨਾਂ ਤੋਂ ਕਿੱਡੇ ਵੱਡੇ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਕਿ ਸੁਸਾਈਡ ਕਮਿਟ ਕਰ ਲਿਆ ਇਹਨਾਂ ਨੂੰ ਗੌਰਮੈਂਟ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਜਿਹੜੇ ਦੁਨੀਆ ਨੂੰ ਤਾਰਦੇ ਆ ਉਹ ਤੁਹਾਡੇ ਤੋਂ ਦੁਖੀ ਹੋਏ ਸੁਸਾਈਡ ਕਰ ਰਹੇ ਆ। ਕਿਸਾਨ ਅੰਨਦਾਤਾ, ਕਿਸਾਨ ਅੰਨਦਾਤਾ, ਔਰ ਉਹ ਜਿਹੜਾ ਆ ਤੁਹਾਡੇ ਕਾਲੇ ਕਾਨੂੰਨਾਂ ਕਰਕੇ ਨਾ ਕਾਲੇ ਕਾਨੂੰਨ ਬਣਾਉਂਦੇ ਨਾ ਕਿਸਾਨ ਦਿੱਲੀ ਜਾਂਦੇ ਨਾ ਉਹ ਅਟੈਕ ਹੋ ਕੇ ਮਰਦੇ ਨਾ ਉਹ ਸੁਸਾਈਡ ਕਮਿਟ ਕਰਦੇ ਨਾ ਉਹਨਾਂ ਦੇ ਵਾਪਸੀ 'ਤੇ ਐਕਸੀਡੈਂਟ ਹੁੰਦੇ ਔਰ ਉਹ ਇੱਕ ਬੱਚਾ 20-22 ਸਾਲ ਦਾ ਐਕਸੀਡੈਂਟ ਹੋ ਕੇ ਮਰਿਆ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਸਰਕਾਰ ਹੈ ਇਹ ਸੁੱਤੀ ਹੋਈ ਆ, ਇਹ ਚਾਹੁੰਦੀ ਜਿੱਦਾਂ ਬਾਰਡਰਾਂ 'ਤੇ ਮਰ ਰਹੇ ਆ ਜਵਾਨ ਉੱਦਾਂ ਹੀ ਇੱਦਾਂ ਮਰ ਜਾਣਗੇ, ਸਾਨੂੰ ਕੋਈ ਫਰਕ ਨਹੀਂ। ਲੇਕਿਨ ਮੋਦੀ ਨੂੰ ਉਸ ਰੱਬ ਦੀ ਕਚਹਿਰੀ ਦੇ ਵਿੱਚ ਉਸ ਧਰਮ ਰਾਜ ਦੇ ਕੋਲ ਜਾ ਕੇ ਨੀਵੇਂ ਹੋ ਕੇ ਬਹਿ ਕੇ ਜਿਹੜਾ ਉਹਨੂੰ ਹਿਸਾਬ ਦੇਣਾ ਪੈਣਾ ਰੱਬ ਦੇ ਕੋਲ। ਇਹ ਇੱਥੇ ਨਹੀਂ ਨਾ ਇਹ ਸਮਝਦਾ, ਇਹਨੂੰ ਦੇਖਿਓ ਰਾਤ ਨੂੰ ਨੀਂਦ ਨਹੀਂ ਆਉਣੀ ਮੋਦੀ ਨੂੰ, ਉਹ ਕਿਸਾਨਾਂ ਦੀਆਂ ਲੋਕਾਂ ਦੀਆਂ ਰੂਹਾਂ ਨੇ ਇਹਨੂੰ ਭੜਕਾਉਣਾ, ਇਹਨੂੰ ਸੌਣ ਨਹੀਂ ਦੇਣਾ। ਹਜੇ ਵੀ ਮੋਦੀ ਸਾਹਿਬ ਜੇ ਗਲਤੀ ਕਰਕੇ ਭੁੱਲ ਬਖਸ਼ਾ ਲਈਏ ਤੁਹਾਡਾ ਵਡੱਪਣ ਆ ਮੋਦੀ ਸਾਹਿਬ, ਤੁਹਾਡਾ ਵਡੱਪਣ ਆ ਵਡੱਪਣ। ਹਜੇ ਵੀ ਗਲਤੀ ਨੂੰ ਮੰਨ ਲਓ, ਹਜੇ ਵੀ ਕਹਿ ਦਿਓ ਗਲਤੀ ਹੋ ਗਈ ਅਤੇ ਤੁਹਾਡੀ ਫਿਰ ਵੀ ਜੈ ਜੈਕਾਰ ਹੋ ਜਾਣੀ ਆ ਜੇ ਤੁਸੀਂ ਇਹਨਾਂ ਨੂੰ ਵਾਪਸ ਲੈ ਲਓਗੇ ਤਾਂ ਕਾਲੇ ਕਾਨੂੰਨਾਂ ਨੂੰ। ਇਹਨੂੰ ਗਲਤੀ ਨੂੰ ਮੰਨ ਲਓ, ਜਿਹੜਾ ਬੰਦਾ ਗਲਤੀ ਮੰਨ ਲਵੇ ਨਾ ਤੇ ਹੋਏ ਆਪਣੇ ਜਿਹੜੇ ਕਾਲੇ ਕਾਨੂੰਨ ਨੇ ਬੰਦ ਲਵੇ, ਇਹ ਸੁਪਰੀਮ ਕੋਰਟ ਵਾਲੇ ਪਾਸਿਓਂ ਪੁੱਠੀਆਂ ਸਿੱਧੀਆਂ ਕਮੇਟੀਆਂ ਬਣਾ ਕੇ ਆਪਣੇ ਬੰਦਿਆਂ ਨਾਲ ਕਿਸਾਨਾਂ ਨੂੰ ਧੋਖਾ ਨਹੀਂ ਦੇ ਸਕਦੇ। ਅੱਜ ਕਿਸਾਨ ਜਾਗਰੂਕ ਹੈ, ਉਹ ਇੱਕ ਥਾਂ 'ਤੇ ਜੁੜੇ ਹੋਏ ਆ ਔਰ ਇਹ ਸਰਕਾਰ ਨੂੰ ਹਰਾ ਕੇ ਰਵਾਂਗੇ, ਆਪਣੇ ਹੱਕ ਇਹਦੀ ਧੌਣ 'ਤੇ ਗੋਡਾ ਰੱਖ ਕੇ ਲਵਾਂਗੇ। ਹੇਰਾ ਫੇਰੀ ਕਿਸੇ ਤਰ੍ਹਾਂ ਦੀ ਨਹੀਂ ਚੱਲਣ ਦੇਵਾਂਗੇ। ਇਹ ਸਰਕਾਰ ਦੇ ਮਨ 'ਚ ਜੇ ਕੋਈ ਭੁਲੇਖਾ ਹੈਗਾ ਕਿ ਅਸੀਂ ਕਿਸੇ ਤਰ੍ਹਾਂ ਇਹ ਕਿਸਾਨਾਂ ਨੂੰ ਮੂਰਖ ਬਣਾ ਲਾਂਗੇ, ਉਹ ਆਪਣਾ ਦਿਮਾਗ 'ਚੋਂ ਕੱਢ ਦੇਵੇ। ਕਿਸਾਨ ਜਾਗਰੂਕ ਹੈ, ਇਕੱਠਾ ਹੈ ਔਰ ਹਰ ਤਰ੍ਹਾਂ ਦੀ ਜਿਹੜੀਆਂ ਸਰਕਾਰ ਆਪਾਂ ਲੋਕ ਸਿੱਧੇ ਜਾਂ ਅਸਿੱਧੇ ਤੌਰ 'ਤੇ ਢੰਗ ਨਾਲ ਕਿਸਾਨੀ ਨਾਲ ਜੁੜੇ ਹੋਏ ਹਾਂ, ਚਾਹੇ ਆਪਾਂ ਕਿਸਾਨੀ ਕਰਦੇ ਹਾਂ
ਜਾਂ ਕਿਸਾਨਾਂ ਦੀ ਉਗਾਈ ਹੋਈ ਚੀਜ਼ ਅਸੀਂ ਕੰਜ਼ੂਮ ਕਰਦੇ ਹਾਂ, ਅਸੀਂ ਸਿੱਧੇ ਸਿੱਧੇ ਤੌਰ 'ਤੇ ਜੁੜੇ ਹਾਂ। ਕੋਈ ਜਿੰਨੇ ਵੀ ਆਪਣੇ ਹਾਜ਼ਰੀ ਨੇ, ਕਿਸੇ ਦਾ ਕੋਈ ਰਿਸ਼ਤੇਦਾਰ ਪਿੰਡ ਬੈਠਾ ਖੇਤੀਬਾੜੀ ਕਰ ਰਿਹਾ, ਕਿਸੇ ਦਾ ਕੋਈ ਰਿਸ਼ਤੇਦਾਰ ਕਰ ਰਿਹਾ, ਆਪਾਂ ਅਗਰ ਜੈ ਜਵਾਨ ਜੈ ਕਿਸਾਨ ਜੋ ਨਾਰਾ ਲਾਲ ਬਹਾਦਰ ਸ਼ਾਸਤਰੀ ਜੀ ਨੇ ਦਿੱਤਾ ਸੀ, ਲੇਕਿਨ ਮੋਦੀ ਸਰਕਾਰ ਕੀ ਕਹਿ ਰਹੀ ਆ, ਮਰੇ ਜਵਾਨ ਅਤੇ ਮਰੇ ਕਿਸਾਨ, ਇਹ ਕਿਸੇ ਵੀ ਕੀਮਤ 'ਤੇ ਹੋਣ ਨਹੀਂ ਦਿੱਤਾ ਜਾਊਗਾ। ਮੋਦੀ ਸਰਕਾਰ ਮੁਰਦਾਬਾਦ ਦੇ ਉੱਪਰ ਮੰਜੀਆਂ ਡਾ ਕੇ ਸੁੱਤੇ ਆ। ਇਸ ਲਈ ਅਸੀਂ ਮੋਦੀ ਸਰਕਾਰ ਨੂੰ ਪੁਰ ਜ਼ੋਰ ਦੋ ਹੱਥ ਜੋੜ ਕੇ ਅਪੀਲ ਕਰਦੇ, ਬੇਨਤੀ ਕਰਦੇ ਹਾਂ ਵੀ ਹੋਰ ਜਿਹੜੀ ਆ, ਹੋਰ ਕਿਸਾਨਾਂ ਦੀ ਅਤੇ ਆਮ ਨਾਗਰਿਕਾਂ ਦੀ ਪੇਸ਼ੈਂਸ ਨੂੰ ਹੋਰ ਨਾ ਚੈੱਕ ਕੀਤਾ ਜਾਵੇ। ਇਸ ਕਰਕੇ ਦੇਸ਼ ਦੇ ਵੱਡੇ ਹਿੱਤਾਂ ਨੂੰ, ਕਿਸਾਨਾਂ ਮਜ਼ਦੂਰਾਂ ਆਮ ਨਾਗਰਿਕਾਂ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਹ ਤਿੰਨੇ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ, ਤਾਂ ਜੋ ਸਾਡੇ ਭੈਣ ਭਰਾ ਬਜ਼ੁਰਗ ਮਾਤਾਵਾਂ ਬੱਚੇ ਦਿੱਲੀ ਬੈਠੇ ਆ, ਉਹ ਸੁੱਖੀ ਸਵੀਲੀ ਆਪਣੇ ਘਰਾਂ ਨੂੰ ਆ ਸਕਣ। ਵਾਪਸ ਉਹ ਘਾਟੇ ਵਿੱਚ ਜਾ ਰਹੇ ਆ ਅਤੇ ਪ੍ਰਾਈਵੇਟ ਕੰਪਨੀ ਵਾਲੇ ਕਿਉਂ ਖਰੀਦ ਰਹੇ ਆ? ਜੇ ਪ੍ਰਾਈਵੇਟ ਕੰਪਨੀ ਵਾਲੇ ਪ੍ਰੋਫਿਟ ਜਾ ਰਹੇ ਹੈਗੇ ਆ ਤਾਂ ਸਰਕਾਰੀ ਕਿਉਂ ਨਹੀਂ ਪ੍ਰੋਫਿਟ ਜਾ ਰਹੇ? ਹਰ ਚੀਜ਼ ਪ੍ਰਾਈਵੇਟ, ਹਰ ਚੀਜ਼ ਪ੍ਰਾਈਵੇਟ। ਪਹਿਲਾਂ BSNL ਨੂੰ ਡੁੱਬਿਆ, ਹੁਣ ਪਹਿਲਾਂ BSNL ਡੋਲਿਆ, ਸਕੂਲ ਪ੍ਰਾਈਵੇਟ ਕਰ ਦਿੱਤੇ, ਹਸਪਤਾਲ ਪ੍ਰਾਈਵੇਟ ਕਰ ਦਿੱਤੇ। ਕਿਹੜੀ ਚੀਜ਼ ਸਰਕਾਰੀ ਰਹੀ ਆ? ਨਾ ਸਰਕਾਰੀ ਨੌਕਰੀ ਆ, ਨਾ ਸਰਕਾਰੀ ਕੋਈ ਵੀ ਚੀਜ਼ ਨਹੀਂ ਆ। ਐਜੂਕੇਸ਼ਨ ਵੀ ਨਹੀਂ ਆ, ਇੱਕ ਬੇਸਿਕ ਚੀਜ਼ ਚਾਹੀਦੀ ਹੈ, ਐਜੂਕੇਸ਼ਨ ਚਾਹੀਦੀ ਹੈ। ਐਜੂਕੇਸ਼ਨ ਦਾ ਕੀ ਸਿਸਟਮ ਹੈਗਾ ਸਾਡੇ ਕੋਲ? ਮੈਡੀਕਲ ਦਾ ਕੀ ਸਿਸਟਮ ਹੈਗਾ? ਕੋਈ ਸਿਸਟਮ ਨਹੀਂ ਹੈ ਸਰਕਾਰ ਦੇ ਕੋਲ। ਕੀ ਜਵਾਬ ਹੈਗਾ ਇਹਨਾਂ ਕੋਲ? ਕਾਨੂੰਨ ਜਿਹੜੇ ਹੈਗੇ ਉਹ ਕਹਿੰਦੇ ਕਾਨੂੰਨ, ਜ਼ਿਮੀਦਾਰ ਦਾ ਬੱਚਾ ਜਿਹੜਾ ਅਨਪੜ੍ਹ ਹੈਗਾ, ਜ਼ਿਮੀਦਾਰ ਅਨਪੜ੍ਹ ਹੈ। ਕਿਹੜਾ ਜ਼ਿਮੀਦਾਰ ਅਨਪੜ੍ਹ ਹੈਗਾ? ਅੱਜ ਕੱਲ੍ਹ ਜ਼ਿਮੀਦਾਰ ਦਾ ਬੱਚਾ ਜੱਜ ਬਣੇ ਆ, ਇੰਜੀਨੀਅਰ ਬਣੇ ਆ, ਪਾਇਲਟ ਬਣੇ, ਕਿੱਥੇ ਕਿੱਥੇ ਨਹੀਂ ਹੈਗੇ। MBBS ਡਾਕਟਰ ਹੈਗੇ, ਹਰ ਖੇਤਰ ਵਿੱਚ ਜ਼ਿਮੀਦਾਰ ਦਾ ਬੱਚਾ ਹੈਗਾ। ਸਰਕਾਰੀ ਅਫੀਸਰ ਹੈਗਾ, ਪੁਲਿਸ ਦਾ ਅਫੀਸਰ, ਸਰਕਾਰੀ ਜਿਹੜੇ ਵੱਡੇ ਅਫਸਰ ਬੈਠੇ ਆ, ਮਿਲਟਰੀ ਦੇ ਵਿੱਚ ਬੈਠੇ ਆ। ਜਿੱਦਾਂ ਮਿਲਟਰੀ ਨੂੰ ਜਿੱਦਣ ਇਹਨਾਂ ਨੂੰ ਕੋਈ ਚਾਈਨਾ ਦੇ ਨਾਲ ਪੰਗਾ ਲੈਣਾ ਜਾਂ ਪਾਕਿਸਤਾਨ ਦਾ ਪੰਗਾ ਲੈਣਾ, ਉਦਣ ਜ਼ਿਮੀਦਾਰ ਚੇਤੇ ਆਉਂਦੇ ਇਹਨਾਂ ਨੂੰ, ਉਦੋਂ ਸਰਦਾਰ ਚੇਤੇ ਆਉਂਦੇ ਆ। ਅੱਜ ਸਰਦਾਰਾਂ ਦੇ ਲੰਗਰ 'ਤੇ ਇਹ ਓਬਜੈਕਸ਼ਨ ਕਰ ਰਹੇ ਹੈਗੇ, ਸਰਦਾਰਾਂ ਦੇ ਲੰਗਰ ਲੱਗਦੇ, ਫੰਡਿੰਗ ਹੁੰਦੀ ਆ, ਫੰਡਿੰਗ ਹੁੰਦੀ ਆ। ਅਸੀਂ ਮਿਹਨਤ ਕਰਦੇ ਹਾਂ, ਸਾਡੀਆਂ ਗੱਡੀਆਂ ਚੱਲਦੀਆਂ ਨੇ, ਗੱਡੀਆਂ ਨਾਲ ਵੱਡੀਆਂ ਗੱਡੀਆਂ ਨੇ, ਇਹਨਾਂ ਕੋਲ ਬਹੁਤ ਵੱਡੇ ਟਰੱਕ ਹੈਗੇ ਨੇ, ਬਹੁਤ ਕੁਛ। ਅਸੀਂ ਮਿਹਨਤਾਂ ਕੀਤੀਆਂ ਨੇ, ਸਾਡੇ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਨੇ, ਅਸੀਂ ਮਿਹਨਤਾਂ ਕੀਤੀਆਂ ਨੇ, ਅਸੀਂ ਦਿਨ ਰਾਤ ਮਿਹਨਤਾਂ ਕਰਦੇ ਹਾਂ। ਜਿਹੜੇ ਸਾਡੇ ਭਰਾ ਜਿਹੜੇ ਜ਼ਿਮੀਦਾਰ ਰਾਤਾਂ ਨੂੰ ਉੱਠ ਉੱਠ ਕੇ ਖੇਤਾਂ 'ਚ ਜਾ ਕੇ ਪਾਣੀ ਲਾਉਂਦੇ, ਸਾਰਾ ਕੁਛ ਕਰਦੇ ਹੈਗੇ ਆ। ਇੱਥੇ ਸਰਦੀ ਹੋ ਜਾਂਦੀ ਹੈ ਨਾ, ਬੈਂਕ ਦਾ ਟਾਈਮ 10 ਵਜੇ ਕਰ ਦਿਓ, ਬੈਂਕ ਦਾ ਟਾਈਮ 10 ਵਜੇ ਕਰ ਦਿਓ, ਸਕੂਲ ਦਾ ਟਾਈਮ 10 ਵਜੇ ਕਰ ਦਿਓ, ਡਿਪਟੀ 10 ਵਜੇ ਆਊਗਾ। ਕੀ ਜ਼ਿਮੀਦਾਰਾਂ ਦਾ ਟਾਈਮ ਹੈਗਾ ਕੋਈ? ਰਾਤ ਨੂੰ ਬੱਤੀ ਦੇਣੀ, ਉਹਨਾਂ ਰਾਤੀ ਜਾ ਕੇ ਕਰਦੇ ਹੈਗੇ ਆ। ਕੀ ਹੈਗਾ ਉਹਨਾਂ ਕੋਲ ਜ਼ਿਮੀਦਾਰਾਂ ਕੋਲ? ਪਰ ਸਰ, ਜਿਹੜੇ ਕਿਸਾਨ ਕਈ ਸਮਰਥਨ ਵੀ ਦੇ ਰਹੇ ਹੈਗੇ ਆ ਸਰਕਾਰ ਨੂੰ, ਇਹਨਾਂ ਦੇ ਚੋਰੀ ਚੁੱਕ ਹੈ। ਜਿਹੜੇ ਸਮਰਥਨ ਦੇ ਰਹੇ ਨਾ, ਉਹ ਬੈਠਣ ਦਾ ਸੜਕਾਂ ਤੇ ਆ ਕੇ ਵੀ ਅਸੀਂ ਸਮਰਥਨ ਦਿੰਦੇ ਹਾਂ, ਉਹ ਪਿੰਡ ਨਹੀਂ ਬਣ ਦੇਣਾ ਉਹਨਾਂ ਨੂੰ ਉਹ ਜੋ ਜਿਹੜੇ ਇਹਨਾਂ ਦੇ ਚਮਚੇ ਜਿਹੜੇ ਆ, ਇਹਨਾਂ ਦੇ ਖਰੀਦੇ ਹੋਏ ਸਮਰਥਨ ਜੇ ਦਿੰਦੇ ਹੋ। ਬੰਦ ਕਰੋ, ਬੰਦ ਕਰੋ, ਸਿੱਖ ਕੌਮ ਨੂੰ ਬਦਨਾਮ ਕਰਨਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਹਿੰਦੂ ਸਿੱਖ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਹਿੰਦੂ ਮੁਸਲਿਮ ਸਿੱਖ ਇਸਾਈ ਜਿੰਦਾਬਾਦ। ਮਾਰਕੀਟ ਦੇ ਸਾਰੇ ਜਿੰਨੇ ਨੁਮਾਇੰਦੇ ਆ, ਹੋਰ ਵੀ ਸਾਡੇ ਜਿੰਨੇ ਵੀ ਇੱਥੇ ਆਪਣਾ ਕੀ ਕਹਿੰਦੇ ਨੇ ਇਲਾਕੇ ਦੇ ਵਿੱਚੋਂ ਬੜੇ ਮੋਹਤਵਾਰ ਬੰਦੇ ਇੱਥੇ ਪਹੁੰਚੇ ਆ, ਤੇ ਜਿਨ੍ਹਾਂ ਨੂੰ ਵੀ ਸੱਦਾ ਦਿੱਤਾ ਇੱਥੇ, ਉਹ ਬੜੇ ਵਧੀਆ ਢੰਗ ਨਾਲ ਇੱਥੇ ਪਹੁੰਚੇ, ਕਿਉਂਕਿ ਮੋਦੀ ਸਰਕਾਰ ਦੇ ਖਿਲਾਫ ਹੁਣ ਸਾਰਾ ਜਿੰਨਾ ਵੀ ਹੈਗਾ ਹਿੰਦੁਸਤਾਨ ਦੇ ਵਿੱਚ, ਮੈਂ ਕਹਿੰਦਾ, ਮੈਂ ਕਹਿ ਨਹੀਂ ਸਕਦਾ ਕਿ ਬੱਚਾ ਹੁਣ ਇਸ ਵੇਲੇ ਮੋਦੀ ਸਰਕਾਰ ਦੇ ਖਿਲਾਫ ਆ, ਉਹ ਇੱਕ ਰਾਵਣ ਦਾ ਰੂਪ ਧਾਰਨ ਕਰ। ਸਾਰੇ ਇਕੱਠੇ ਹੋਏ ਹਾਂ, ਜੋ ਮੋਦੀ ਸਾਹਿਬ ਨੇ 3 ਕਾਲੇ ਕਾਨੂੰਨ ਜਿਹੜੇ ਲਾਗੂ ਕੀਤੇ ਹੈਗੇ ਆ ਕਿਸਾਨਾਂ ਉੱਤੇ, ਉਹਦੇ ਵਿਰੋਧ ਦੇ ਵਿੱਚ ਅਸੀਂ ਪੂਰੀ ਮਾਰਕੀਟ, ਰਾਮਾ ਮੰਡੀ ਐਸੋਸੀਏਸ਼ਨ, ਕੱਪੜਾ ਮਾਰਕੀਟ, ਸਾਰੇ ਅਸੀਂ ਇੱਥੇ ਇਕੱਠੇ ਹੋਏ ਉਹਨਾਂ ਵਿਰੋਧ ਦੇ ਵਿੱਚ। ਸੁਪਰੀਮ ਕੋਰਟ ਨੇ ਸਟੇਅ ਲਾਈ ਹੈਗੀ ਆ, ਉਹਦੇ ਬਾਅਦ ਜਦੋਂ ਕਿਸਾਨ ਉੱਥੋਂ ਵਾਪਸ ਆ ਜਾਣਗੇ, ਸੁਪਰੀਮ ਕੋਰਟ ਫਿਰ ਉਹਨੂੰ ਲਾਗੂ ਕਰ ਦੂਗਾ, ਫਿਰ ਕੌਣ ਜ਼ਿੰਮੇਵਾਰ ਉਸ ਗੱਲ ਦਾ? ਜਿਹੜੀ ਕਮੇਟੀ ਬਣਾਈ ਹੈ ਸੁਪਰੀਮ ਕੋਰਟ ਨੇ, ਦੇਖੋ ਕਮੇਟੀ ਦੇ ਉੱਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਜੋ ਕਮੇਟੀ ਬਣਾਈ ਹੋਈ ਆ। ਸਾਡਾ ਤਾਂ ਇਹੀ ਆ ਕਿ ਪੂਰੇ ਤਰ੍ਹਾਂ ਕਾਨੂੰਨ ਜਿਹੜੇ ਹੈਗੇ ਆ ਇਹ ਕੈਂਸਲ ਹੋਣੇ ਚਾਹੀਦੇ ਆ, ਤਾਂ ਫਿਰ ਹੀ ਸਾਡੀ ਤਸੱਲੀ ਆ। 26 ਜਨਵਰੀ ਤੇ ਫਿਰ ਤੁਸੀਂ ਸਭ ਪਹੁੰਚ ਰਹੇ ਹੋ? 26 ਜਨਵਰੀ ਅਸੀਂ ਪੂਰੇ ਧੂਮਧਾਮ ਨਾਲ ਇੱਥੋਂ ਜੀ ਟਰੈਕਟਰਾਂ ਦੇ ਝੰਡੇ ਲਾ ਕੇ ਪੂਰੇ ਜੋਸ਼ ਨਾਲ ਪੂਰੇ ਜਾਵਾਂਗੇ, ਸਾਰੇ ਜਣੇ ਮਾਰਕੀਟ ਵਾਲੇ ਅਸੀਂ ਪਹੁੰਚਾਂਗੇ, ਸਾਰੇ ਦੇਖਦੇ ਆ ਰਹੇ ਆ। ਭਲਵਾਨ ਜੀ ਆਓ, ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਲੱਖਾਂ ਗਿਣਤੀ ਦੇ ਵਿੱਚ ਕਿਸਾਨ ਅਤੇ ਮਜ਼ਦੂਰ ਦਿੱਲੀ ਦੇ ਵਿੱਚ ਬੈਠੇ ਆ, ਉਹ ਆਪਣੀ ਜ਼ਮੀਰ ਦੀ ਲੜਾਈ ਲੜ ਰਹੇ ਆ। ਉਹਨਾਂ ਨੇ ਆਪਾਂ ਨੂੰ ਸੱਦਾ ਦਿੱਤਾ ਕਿ ਸਾਰੇ 25 ਤਰੀਕ ਨੂੰ
ਕਈ ਖਾਲਸਤਾਨੀ ਬੈਠੇ ਉੱਚ ਤੁਹਾਡਾ ਤੁਸੀਂ ਕੀ ਕਹੋ ਨੋ ਖਾਲਸਤਾਨੀ ਨੋ 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 ਇਹ ਗਵਰਨਮੈਂਟ ਹੈ ਅਸੀਂ ਨਾ ਖਾਲਸਤਾਨੀ ਨਾ ਹਿੰਦੁਸਤਾਨੀ ਭਾਰਤਵਾਸੀ ਆ ਭਾਰਤਵਾਸੀ ਸਾਰੇ ਭਾਰਤਵਾਸੀ ਭਾਰਤਵਾਸੀ ਅਸੀਂ ਹੈਗੇ ਇੱਕ ਮਿੰਟ ਹਾਂ ਇਹ ਜਿਹੜੇ ਲੋਕੇ ਹੀ ਇੱਕ ਮਿੰਟ ਜੀ ਹਾਂ ਇਹ ਜਿਹੜੇ ਕਹਿੰਦੇ ਨੇ ਵੀ ਅਸੀਂ ਖਾਲਸਤਾਨੀ ਆ ਉਦੋਂ ਅਸੀਂ ਕਿੱਥੇ ਚਲੇ ਗਏ ਸਾਂ ਜਦੋਂ ਅਸੀਂ ਅੰਨ ਛਕਾਉਂਦੇ ਸਾਂ ਲੰਗਰ ਛਕਾਉਂਦੇ ਸਾਂ ਜਿੱਥੇ ਕਦੀ ਪਹੁੰਚਦਾ ਨਹੀਂ ਸੀ ਕੋਈ ਉੱਥੇ ਖਾਲਸਾ ਪਹੁੰਚਦਾ ਸੀ ਉਦੋਂ ਅਸੀਂ ਅੱਤਵਾਦੀ ਨਹੀਂ ਸੀ ਉਦੋਂ ਅਸੀਂ ਖਾਲਿਸਤਾਨੀ ਨਹੀਂ ਸੀ ਅੱਜ ਅਸੀਂ ਖਾਲਿਸਤਾਨੀ ਬਣ ਗਿਆ ਅਸੀਂ ਇੱਦਾਂ ਨਹੀਂ ਕਹਿਣਾ ਚਾਹੀਦਾ ਇਹਨਾਂ ਨੂੰ ਕਾਨੂੰਨ ਵਾਪਸ ਲੈਣਾ ਚਾਹੀਦਾ ਵੱਡੇ ਵੱਡੇ ਬੰਦੇ ਕੋਲ ਗਲਤੀ ਹੋ ਜਾਂਦੀ ਹੈ ਜੇ ਗਲਤੀ ਹੋ ਗਈ ਹੈ ਤਾਂ ਇਸ ਦੀ ਕੋਈ ਅਸੀਂ ਗੱਲ ਨਹੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੀਦਾ